ਹੋਰ ਕਿਤੇ ਜਾਵਾਂ ਹਾਂ ਬਹੁ ਜਾਉ ਕੇ ਮੈਂ ਘਰੇ ਹੀ ਆਉਣਾ ਜਿਵੇਂ ਸਿਆਣੇ ਆਉਂਦੇ ਬਹੁ ਜਾਉ ਕੇ ਖੋਤੀ ਬੋਟ ਥੱਲੇ ਲੱਗੀਏ ਬੱਲੀਏ ਮੈਂ ਲਾਹੌਰ ਗਿਆ ਸੂ ਉੱਥੇ ਮੈਂ ਕਿਹਾ ਮਿਹਨਤ ਮਜ਼ਦੂਰੀਆਂ ਕਰਾਂਗਾ ਲੰਬੀਆਂ ਰਕਮਾਂ ਇਕੱਠੀਆਂ ਕਰਾਂਗਾ ਇਹਨਾਂ ਦੇ ਚੱਕ ਵਾਲਿਆਂ ਦੇ ਨੱਕ ਦੇ ਉੱਤੇ ਠੋਕਾਂਗਾ ਮੈਨੂੰ ਮਜ਼ਦੂਰੀਆਂ ਲੱਭੀਆਂ ਨੇ ਉੱਥੇ ਹੋਟਲ ਤੋਂ ਉਧਾਰ ਲੈ ਕੇ ਖਾਂਦਾ ਰਿਹਾ ਹੁਣ ਉਹਨਾਂ ਨੇ ਮੈਨੂੰ ਆਖਿਆ ਵੀ ਦੋਸਤਾ ਪੈਸੇ ਅਗਲੇ ਦੇ ਸਿਰ 'ਤੇ ਰੋਟੀ ਦਿਸਾਂ ਉਹਨਾਂ ਤੋਂ ਮੈਨੂੰ ਫੜ ਲਿਆ ਬਰਤਨ ਮੰਜਾਊ ਆਣ ਮੁੜ ਮੈਂ ਚੁੱਪ ਕਰਕੇ ਨਿਕਲ ਗਿਆ दिमाग तो नहीं खराब हो गया ਉਹ ਮੈਨੂੰ ਵੇਖਦੀ ਰਹੀ ਹੈ ਸੋਚਦੀ ਰਹੀ ਹੈ ਐਡਾ ਖੂਬਸੂਰਤ ਹਸੀਨ ਨੌਜਵਾਨ ਕੌਣ ਜਾ ਰਿਹਾ ਹੁਸਨ ਤੇਰੇ ਚੋਂ ਲਾਟਾ ਪਿਆ ਨਿਕਲਦੀ ਆ ਗਿਆ ਲੋਕਾਂ ਦੇ ਕਰਜ਼ੇ ਦਾ ਬੰਦੋਬਸਤ ਕਰ ਪਿਆ ਉਹ ਕਰਜ਼ਾ ਅਦਾ ਕਰਨ ਦਾ ਮੈਂ ਪੂਰਾ ਬੰਦੋਬਸਤ ਕਰ ਲਿਆ ਸਮਝ ਲਓ ਮੈਂ ਸੋਚ ਕੇ ਆਇਆ ਕਿ ਆਖਰ ਆਪਣੇ ਕੋਲ ਆ ਜਾਇਦਾਦ ਮਕਾਨ ਹੈ ਇਹ ਵੇਚ ਦਿਸਾਂ ਤੇ ਚੱਕ ਵਾਲਿਆਂ ਦੇ ਕਰਜ਼ਾ ਮੂੰਹ ਦੇ ਉੱਤੇ ਮਾਰਾਂਗੇ ਇਹ ਹਾਤਾ ਤਾਂ ਹੁਣ ਨਹੀਂ ਵੇਚ ਸਕਣਾ ਹੈਗਾ ਚਾਚਾ ਸਜਵਾਰੇ ਦੀ ਚੋਰੀ ਚਾਰ ਖੋਤੀਆਂ ਵੇਚ ਗਿਆ ਨਹੀਂ ਨਾ ਉਸ ਮੇਰੇ ਕੋਲੋਂ ਅੰਗੂਠੇ ਲਵਾ ਲੈਣ ਤੇਰੇ ਜਾਵਣ ਤੋਂ ਬਾਅਦ ਮੇਰਾ ਬੇੜਾ ਤਰ ਜਾਵੇ ਮੇਰੇ ਜਾਵਣ ਤੋਂ ਬਾਅਦ ਅੰਗੂਠੇ ਲਾਈ ਬੈਠੀ ਹੈ ਜੇ ਮੈਨੂੰ ਪਤਾ ਹੁੰਦਾ ਨਾ ਤੋਂ ਅੰਗੂਠੇ ਲਾ ਛੜਣ ਮੈਂ ਤੇਰੇ ਅੰਗੂਠੇ ਵੱਢ ਕੇ ਨਾਲ ਲੈ ਜਾਵਾਂ ਭਜਾਈ ਹੁਣ ਲੜਨ ਦਾ ਫਾਇਦਾ ਕੋਈ ਨਹੀਂ ਭਾਉ ਤੂੰ ਅੰਦਰ ਜਾ ਬਹਿ ਜਾ ਹਾਂ ਬਰਾ ਦਿਨ ਅੰਦਰ ਵਾੜ ਲੈ ਤੇ ਪੂਰਾ ਪੇੜ ਇਕੱਠੋ ਕੇ ਇੱਥੇ ਆ ਜਿਸ ਤੇ ਮੇਰੇ ਉਹ ਗੱਲ ਪੈ ਜਾ ਸਨ ਸਿਆਣੀ ਤਾਂ ਤੂੰ ਵੀ ਢੇਰ ਰਹਿ ਗਈ ਓਏ ਪੂਰੇ ਪੇੜ ਨਾਲ ਮੱਥਾ ਵੀ ਤਾਂ ਤੂੰ ਕੱਲੀ ਸ਼ੇਰ ਨਹੀਂ ਲਾ ਸਕਨੀ ਹੈ ਹੋਰ ਕੋਈ ਮੱਥਾ ਵੀ ਤਾਂ ਪੇੜ ਨਾਲ ਨਹੀਂ ਲਾ ਸਕਦਾ ਮੇਰੇ ਬਾਬਾ ਹੱਥ ਕਲੇ ਹੈ ਕਿ ਨਹੀਂ ਹੇਕਤ ਦਾ ਬੰਦਾ ਹੋਵੇ ਤਾਂ ਬੰਦਾ ਮੱਥਾ ਲਾ ਸਕਦਾ ਪੂਰੇ ਪੇੜ ਤੇ ਤੂੰ ਪੈਸੇ ਦੇਣੇ ਹੈਗੇ ਤਕਲੇ ਮੇਰੇ ਖੁੰਨੇ ਸੇਕ ਦੇ ਸਨ ਮੈਂ ਤਾਂ ਨਾ ਤੇਰੇ ਖੁੰਨੇ ਸਿੱਕੀ ਮਣ ਅਬਲ ਤਾਂ ਕੋਈ ਚੱਕ ਵਾਲਾ ਕੈਂਚੀ ਲਈ ਆਵੇ ਤੇਰੀ ਜੇਬ ਕੱਢ ਦੇ ਆਦੇ ਬ੍ਰਾਂਡ ਚਾਹ ਦੇ ਤੇ ਮੈਂ ਆਉਂਦੀ ਪਈ ਆਉਂ ਤੂੰ ਕਿੱਥੇ ਜਾਂਦੀ ਪਈ ਮੈਂ ਪੂਰੇ ਪਿੰਡ ਨੂੰ ਇਕੱਠਾ ਕਰਕੇ ਲਿਆਉਣੀ ਤੂੰ ਨਾ ਸਾਹ ਬੈਠਣ ਤੇ ਤੈਨੂੰ ਫੜ ਲਵੋ ਪਠਾ ਛੱਡ ਤਮ ਤੇ ਮੈਨੂੰ ਛੱਡ ਤਾ ਤੂੰ ਤਾਂ ਗੁੱਸਾ ਹੀ ਕਰ ਗਈ ਗੁੱਸਾ ਨਹੀਂ ਛੱਡ ਮੈਨੂੰ ਨਹੀਂ ਮੈਂ ਐਵੇਂ ਹਾਸੇ ਨਾਲ ਗੱਲ ਕੀਤੀ ਤੂੰ ਗੁੱਸਾ ਕਰ ਗਈ ਹੈ ਨਹੀਂ ਹੱਸ ਨਾ ਪਰ ਜਾਣ ਮੈਂ ਆਖਰ ਤੇਰੇ ਸਿਰ ਦਾ ਸਾਈ ਆ ਤੇਰੇ ਸਿਰ ਦਾ ਤਾਜ ਆ ਕਮਲਈਏ ਮੇਰੀ ਬੇਇੱਜ਼ਤੀ ਤੇਰੀ ਬੇਇੱਜ਼ਤੀ ਹੈ ਤੂੰ ਜ਼ਰਾ ਸ਼ੀ ਜਵਾਨ ਹੋ ਕੇ ਪਿੰਡ ਵਾਲਿਆਂ ਦੇ ਸਾਹਮਣਾ ਕਰ ਤੇ ਮੈਂ ਜ਼ਰਾ ਅੰਦਰ ਲੁਕ ਲਵਾਂ ਜੀਏ ਚਾਹ ਲੈ ਕੇ ਆ ਹਾਂ ਭਾਉ ਚੱਲ ਮੈਂ ਚਾਹ ਲੈ ਕੇ ਆਂਦੀ तेन ला के लगा चल सा पहला दो रेहड़िया आप भरनिया मेरी गुत्ती घट मुड़ तू है माया रमजी को पैसा ला के तू के पैसे लवने यार लैने तेन बाद दस लाई सामा तेन मैं दसनी लुकाई खड़ोता हाले भी इन हमदर्दियां आईया खड़ोती पठान को चवाया हा इस आज जिम्मेवारी ते उस मुजू नू डिनियर सेट वेच के खा गया उन्होंने रुपया हेक ने दिता उस ओ अगले लगे साढ़िया त्रै चार बकरियां खोल के लगे गए हूं मैं आनी ओद जिचो आप कढ़ीए चंगे
ਜਿਮਾ ਸਾਹਿਬ ਮੋਬਾਈਲਾਂ ਵਾਲਾ ਮੇਰੇ ਬੂਹੇ ਤੇ ਆਇਆ ਖਲਾ ਯਾ ਆਂਦਾ ਮੋਬਾਈਲ ਦਿਓ ਜਾਂ ਪੈਸੇ ਦਿਓ ਹਾਵੇ ਕੀ ਮੋਬਾਈਲ ਦਾ ਰੋਣਾ ਓਏ ਅੰਮਾ ਮੈਂ ਮੋਬਾਈਲ ਲੈ ਕੇ ਦਿੱਤਾ ਹੈ ਰਮਜੀ ਨੂੰ ਕਿਸ਼ਤਾਂ ਤੇ ਰਮਜੀ ਦਾ ਗਿਆ ਭੱਜ ਤੇ ਹੁਣ ਮੋਬਾਈਲ ਤਾਂ ਮੇਰੇ ਘਰ ਰੋਲਾ ਪਿਆ ਖੜਾ ਮੈਂ ਹੁਣ ਕਿੱਥੋਂ ਦੇਵਾਂ ਕਿਸ਼ਤਾਂ ਲੱਖ ਲਾਨਾ ਤਈ ਵੇ ਤੈਨੂੰ ਕਿਹੜੀ ਲੋੜ ਬਣੀ ਖਲੇ ਇਹ ਮੋਬਾਈਲ ਉਹਨੂੰ ਲੈ ਕੇ ਦੇਵਣ ਦੀ ਤੈਨੂੰ ਚੰਗਾ ਭਲਾ ਪਤਾ ਹੀ ਉਹ ਤਾਂ ਬੂੜ ਨੂੰ 2 ਮਹੀਨੇ ਹੋ ਗਏ ਚੱਕ ਚੋਂ ਨਿਕਲੇ ਹੋਇਆ ਏ ਹੁਣ ਕਿੱਥੋਂ ਦੇਸੇ ਪੈਸੇ ਇੱਕ ਵਾਰੀ ਉਹਨੂੰ ਟਾਲ ਉਹ ਜਦੋਂ ਰਮਜੀ ਮੇਰੇ ਹੱਥੀ ਚੜਿਆ ਨਾ ਤੇ ਆਪਾਂ ਉਹਨੂੰ ਦੇ ਦਿੱਤਾ ਭਾਈ ਤੂੰ ਲੈ ਲਓ ਪੈਸੇ ਉਹ ਨਹੀਂ ਟਲਦੇ ਉਹਨਾਂ ਮੇਰਾ ਮੋਟਰਸਾਈਕਲ ਠਾਲ ਲਿਆ ਮੈਂ ਬੜਾ ਔਖਾ ਮੋਟਰਸਾਈਕਲ ਉਹਨਾਂ ਦੇ ਕੋਲ ਲਿਆ ਤੇ ਉਹਨਾਂ ਨੂੰ ਮੈਂ ਸ਼ਾਮ ਦਾ ਟਾਈਮ ਦਿੱਤਾ ਉਹਨਾਂ ਨੂੰ ਪੈਸੇ ਦੇ ਓਏ ਅੰਮਾ ਉਹ ਦੇ ਭਰਾ ਦੇ ਕੋਲ ਪੈਸੇ ਮੇਰੀ ਜਾਨ ਭਰਾ ਛੁੜਾ ਅੰਮੇ ਅੰਮਾ ਕੀ ਕਰੇ ਅੰਮਾ ਕਿਦੋਂ ਪੈਸੇ ਦੇਵੇ ਆਦਾ ਗੁਰਦਾ ਵੇਚ ਕੇ ਦੇ ਉਹਦੀ ਜ਼ਿੰਮੇਵਾਰੀ ਦਿੱਤੀ ਹੈ ਜਿਹੜਾ ਜਹਾਨ ਦਾ ਚਗਲ ਬੰਦਾ ਹੈ ਅੰਮਾ ਇਸ ਕੜਾਈਆਂ ਦੇ ਚੱਕਰਾਂ ਵਿੱਚ ਮੋਬਾਈਲ ਲੈ ਦਿੱਤਾ ਹੈ ਹਾਂ ਇਹ ਤਾਂ ਮੈਨੂੰ ਹੀ ਪਤਾ ਹੈ ਇਹਦੇ ਮੂੰਹ ਨੂੰ ਸ਼ੋਰਾ ਪਾਣੀ ਲਾ ਕੇ ਨਾ ਤਗਲਾ ਨਿਕਲ ਗਿਆ ਹੈ ਹਵੇ ਕਿੰਨੇ ਦਾ ਮੋਬਾਈਲ ਹੈ ਦੱਸਦਾ ਕਿਉਂ ਨਹੀਂ ਮੂੰਹ ਸੀ ਜਾ ਅੰਮਾ 1.5 ਲੱਖ ਦਾ ਮੋਬਾਈਲ ਹੈਗਾ ਉਹ ਕਰੋ ਨਾ ਥੋੜੇ ਨਾ ਗਣੇ 1.5 ਲੱਖ ਰੁਪਈਆ ਵੇ ਖਨਜ਼ੀਰ ਆ ਕੇ ਗਾਂ ਚ ਵੇ ਤੁਨਾਂ ਦਾ ਹੁਣ ਕਰਜ਼ਾ 12,000 ਤੁੰਦੇ ਕੋਲ ਮੈਂ ਲਵਣਾ ਬੂੜ ਕੋਲੋਂ ਉਹ ਗਾਂ ਤਾਂ ਮੈਂ ਨਹੀਂ ਵੇਚਦਾ ਮੈਂ ਗਾਂ ਆਪਣੀ ਬੜੀ ਨਸਲੀ ਏ ਤੇ ਮੈਂ ਇੱਕ ਵਾਰੀ ਬੰਦੇ ਨੂੰ ਟਾਲੀ ਆਵਾਂ ਤੇ ਰਮਜੀ ਤੋਂ ਮੈਂ ਪੈਸੇ ਵੇਖ ਕਿਵੇਂ ਲੈਂਦਾ ਹਾਂ ਮੈਂ ਵੇਖ ਪੈਸੇ ਲੈਂਦਾ ਤੇਰੇ ਨੰਗੇ ਤੱਕ ਲਾ ਵੈਸੇ ਵੇਚ ਕੇ ਆ ਜਾਵੇ ਐਡੀ ਜ਼ਰੂਰਤ ਹੈ ਉਹਦੀ ਮੈਨੂੰ ਵੇਚਣ ਦੀ ਵੇਖ ਲੈ ਸਾਂ ਨੂੰ ਮੈਂ ਵੇਖ ਲੈ ਸਾਂ ਨੂੰ ਮੈਂ ਰਮਜ਼ੀਆ ਜਾਂਦਾ ਪਿਆ ਮੈਂ ਸੁਣਿਆ ਉਹ ਘਰ ਆ ਜਾਂਦੇ ਕੋਲ ਜਾ ਕੇ ਪੈਸੇ ਲੈਣਾ ਆਪਦੇ ਉਹ ਪੈਸੇ ਤੂੰ ਤੇ ਕੋ ਮੈਂ ਵੀ ਲੱਗਣਾ ਜ਼ਰੀਲ ਦੇ ਬੱਚੇ ਕੋਲ ਮੈਂ ਤਾਂ ਆਪ ਨੂੰ ਲੱਗਦਾ ਵਨਾ ਹਾਵੇ ਚਾਚਾ ਕੁਕੀ ਤੂੰ ਕੇ ਪੈਸੇ ਲੈਣੇ ਨੋ ਦੇ ਕੋਲੋਂ ਉਹ ਮੇਰੇ ਕੋਲ ਡਾਚੀ ਲੈ ਗਿਆ ਮੈਨੂੰ ਆਦਾ ਤੈਨੂੰ ਮੈਨੇ ਦਾ ਕਿਰਾਇਆ ਆਇਆ ਕਰ ਸੀ ਹਾਜੀ ਸ਼ੇਰ ਵਾਲਾ ਮਲੰਗਾਂ ਨੂੰ ਦੇਣਾ ਤੇ ਨਾ ਕਿਰਾਇਆ ਆਇਆ ਤੇ ਨਾ ਡਾਚੀ ਆਈ ਤੇ ਨਾ ਮਲੰਗ ਮੱਥੇ ਲੱਗੇ ਚਲੋ ਡਾਚੀ ਤੇ ਮਲੰਗ ਤਾਂ ਨਹੀਂ ਹਟ ਕੇ ਆਇਆ ਨਾ ਤਾਂ ਰਮਜ਼ੀ ਹਟ ਕੇ ਆਇਆ ਬੈਠਾ ਹੀ ਹੁਣ ਉਹਦੇ ਸਿਰੇ ਹੋ ਜਾ ਵੇਖ ਲੈ ਖੋਤੇ ਦਾ ਬੱਚਾ ਹਰ ਬੰਦੇ ਨੂੰ ਹੱਥ ਲਾਈ ਬਦਾ ਕੁੱਕੀ ਸਾਹਿਬ ਜਿਹਦੇ ਜਾਂਦਾ ਪਿਆ ਨਾ ਉਹਦੇ ਘਰ ਕਹਿਣ ਸਾਲ ਚੱਲ ਸਾਡੇ ਨਾਲ ਰਲ ਕੇ ਆਪਾਂ ਰਮਜ਼ੀ ਕੋਲ ਪੈਸੇ ਉਗਾੜੀਏ ਉਹ ਮੈਂ ਉਹਨੂੰ ਚੱਲ ਤੇ ਨਿਭਣਾ ਮੇਰੇ ਇੱਥੇ ਚੱਲ ਜਾਂਦਾ ਮੈਂ ਉਹਨੂੰ ਕੋਟ ਕੋਟ ਮਲੰਗ ਕਰ ਦੇਸਾਂ ਚਲੋ ਚਾਚਾ ਕੁੱਕੀ ਹੁਣ ਜਿਵੇਂ ਗੱਲ ਇੱਥੇ ਕਰਦਾ ਪਿਆ ਉਵੇਂ ਉੱਥੇ ਕਰਨੀ ਐ ਮੋੜ ਤੇਰੀ ਤਾਂ ਆਦਤ ਐ ਮੂੰਹ ਚ ਗੱਲ ਗੱਦ ਕੇ ਰੋਲ ਛੱਡਣਾ ਉਹ ਪਾਗਲ ਜਈਆ ਮੈਂ ਜੁੱਤੀ ਲਾ ਤੈਨੂੰ ਕੋਟ ਕੋਟ ਮਾਰ ਘਸਾਂ ਇਹ ਹੁਣ ਡਾਚੀ ਦਾ ਮਸਲਾ ਵੇਖੀ ਬੇਲੀ ਹੁੰਦਾ ਸਿਰ ਹੁੰਦਾ ਆ ਚੱਲ ਮੇਰੀ ਸਵਾਣੀ ਨੂੰ ਬੁਲੇਖਾ ਨਹੀਂ ਲੱਗ ਸਕਦਾ ਇਹ ਤਾਂ ਹਨੇਰੇ 'ਚ ਬੰਦੇ ਨੂੰ ਪਹਿਚਾਣ ਲੈਂਦੀ ਕਿ ਇਹ ਬੰਦਾ ਟੁਰਿਆ ਵਾ ਦਾ ਮੇਰਾ ਭਰਾ ਇਹ ਤੇ ਤੇਰੀ ਸਵਾਣੀ ਫਿਰ ਗਲਤ ਸਿਆਣੀ ਖਲੋਤੀ ਹੈਗੀ ਏ ਤੇ ਚਾਚਾ ਕੁੱਕੀ ਤੂੰ ਇਹਨਾਂ ਨਾਲ ਕਿਵੇਂ ਰਲਿਆ ਵਾ ਨਾ ਇਹ ਤੇ ਚਗਲ ਹੈ ਨਾ ਸਵਾਣੀ ਬੰਦਾ ਇਹ ਚਗਲ ਹੈ ਨਹੀਂ ਨਹੀਂ ਹੈ ਤੇਰਾ ਸਾਈਂ ਬੜੀ ਵੱਡੀ ਚਗਲ ਏ ਚਾਚਾ ਕੁੱਕੀ ਕੋਈ ਗੱਲ ਕਰਨ ਵਾਲੀ ਕਾਰ ਮੇਰੇ ਸਾਈਂ ਤੇਰੇ ਨਾਲ ਕੀ ਚਗਲ ਮਾਰ ਲਈਏ ਓ ਮੇਰੀ ਜੀ ਮੇਰੇ ਕੋਲ ਡਾਚੀ ਕਿਰਾਇਤ ਲਈ ਸੂ ਓ ਮਲੰਗਾਂ ਦਿੱਤੀ ਸੂ ਆਜੀ ਸ਼ੇਰ ਵਾਲਾ ਨੂੰ ਨਾ ਡਾਚੀ ਆਈ ਤੇ ਨਾ ਕਿਰਾਇਆ ਆਇਆ ਮੈਂ ਤੇ ਨੱਕੋ ਨੱਕ ਜ਼ਲੀਲ ਦੇ ਬੱਚੇ ਨਾਲ ਕਰ ਛੱਡਾ ਚਾਚਾ ਤੂੰ ਸਿਆਣਾ ਬਿਆਣਾ ਹੈਗਾ ਤੂੰ ਕਿਉਂ ਰਮਜ਼ੀ ਨੂੰ ਡਾਚੀ ਦਿੱਤੀ ਆ ਤੂੰ ਵੀ ਤੇ ਸਿਆਣੀ ਮਿਆਣੀ ਹੈ ਤੂੰ ਕਿਉਂ ਉਹਦੇ ਨਾਲ ਸ਼ਾਦੀ ਕੀਤੀ ਇਸ ਚਗਲ ਨਾਲ ਚਾਚਾ ਮੇਰੀ ਸ਼ਾਦੀ ਤਾਂ ਮੇਰੇ ਮਾਂ-ਪਿਓ ਕੀਤੀ ਤੇ ਮੈਂ ਹੁਣ ਨਿਭਾਉਂਦੀ ਪਈ ਆ ਰਮਜ਼ੀ ਘਰੇ ਕੋਈ ਨਹੀਂ ਤੁਸੀਂ ਹੁਣ ਜਾਓ ਤੂੰ ਐਡੀ ਗੁੱਠੀ ਨਾ ਬਾਣਮ ਚੁੱਪ ਕਰਕੇ ਬਾਹਰ ਕੱਢ ਮੈਨੂੰ ਪਤਾ ਤੂੰ ਉਹਦਾ ਨਾ ਸਿਰ ਲੋਕ ਰੱਖਦੀ ਪਈ ਲੋਕ ਮੈਂ ਕੋਈ ਨਹੀਂ ਰੱਖਦੀ ਪਿਆ ਕਿ ਤੇ ਇੱਕ ਵਾਰ ਤੈਨੂੰ ਆਖ ਦਿੱਤਾ ਹੈਗਾ ਰਮਜ਼ੀ ਘਰੇ ਕੋਈ ਨਹੀਂ ਹੈਗਾ ਤੇ ਤਮਾਸ਼ਾ ਨਾ ਬਣਾ ਪਿਆ ਮੈਨੂੰ ਜਾਣਦਾ ਮੈਂ ਹੁਣੇ ਪੂਰੇ ਮੱਲੇ ਨੂੰ ਇਕੱਠਾ ਚੱਕਰ ਲੈ ਕੇ ਕਿ ਸਾਡੇ ਘਰੇ ਆਣ ਕੇ ਮੇਰੇ ਬੱਕੀ ਪਈ ਖਲੋ ਤੇ ਜਿਹੜਾ ਪਠਾਨ ਨੂੰ ਸਾਹ ਦੀਆਂ ਬੱਕਰੀਆਂ ਖੋਲ ਕੇ ਦਿੱਤੀਆਂ ਸਾਨੂੰ ਇਸ ਕਿਹੜੇ ਚੱਕਰ ਇਹ ਫਸਾਇਆ ਉਹ ਨੰਦਰੂ ਬਾਹਰ ਘਰ ਜ਼ਿਆਦਾ ਚੱਕਰ ਮੈਨਾਂ ਦੇ ਇਹ ਮੇਰੇ ਭੈਣ ਹੈ ਆਦੇ ਸਾਈ ਨੂੰ ਲੈ ਕੇ ਤੇ ਇਥੋਂ ਨਿਕਲਣ ਕਰ ਪਿਆ ਇਹ ਮੇਰੇ ਮੂੰਹ ਮਾਰੀ ਜਾਂਦਾ ਹੈਗਾ ਤੇ ਮੈਂ ਇਹਦਾ ਮੂੰਹ ਕੱਟ ਦੇਸਾਂ ਮੇਰੀ ਭੈਣ ਸੁਗਰਾ ਹੈ ਤੇ ਵਾਸਤੇ ਤੇਰੇ ਵਾਸਤੇ ਜ਼ਿਆਦਤੀ ਵਾਲੀ ਗੱਲ ਮੇਰੇ ਵਾਸਤੇ ਕੀ ਜ਼ਿਆਦਤੀ ਵਾਲੀ ਗੱਲ ਹੈ ਮੈਨੂੰ ਘਰੇ ਕੱਲੀ ਨਵੇਂ ਕਿ ਤੇਰਾ ਸਾਈ ਚੰਬੜਿਆ ਖਲੋਤਾ ਹੈਗਾ ਤੇ ਤੂੰ ਅਗੂ ਚੁੱਪ ਕਰਕੇ ਖਲੋਤੀ ਹੋਈ ਹੈਗੇ ਹੁਣ ਸਮਝਾਉਂਦੀ ਨਹੀਂ ਪਈ ਕਿ ਬੰਦਾ ਹੋਵੇ ਤਾਂ ਬੰਦੇ ਨਾਲ ਗੱਲ ਕਰਿਆ ਅਸੀਂ ਵਾਸਨਾ ਤੁਹਾਨੂੰ ਨਹੀਂ ਚੰਬੜਦੇ ਪੈਸੇ ਲੈਣੇ
पैसे लवने तो मैनू कहने दिते आगे नहीं निकलता हो जो आके तो उनको ले लवी मेरा सिर ना खा मेरा सिर तो बहुत है। चलो उसे अंदर देख लेने लुका में बैठा हुए अंदर कोई नहीं लुका बैठा है तो अंदर तुसी वड़त में सारा झुका ताड़ दबा सा भाई चाचा कुकी है कोई आपा चलने हैं मोर गल कर ली सर चल निकल दे वो आ वे दे एक चोर नाले चादर एक पैसा देना तो गाड़ तुमने जगह बनने रहा सारा जा पिया निकला और मंजे थलू बाहर है मेरे सेल तो पीर जड़ा देती है चीख क्यों मारी है रमजी मेरे रो रो के बुरा हाल आ दो महीने तो मेरे कोल नहीं आए इतने भी तेरे मेरे प्यार कोई भी गूड़े हैं जेड़ा तू मेरे मगर रोंदी रही है मैनू मक्खन ना ला मैं आ गया मैं पिंड वाले ने देना कर्जा इत मैं तेरे को हां लुकू रमजी तू मेरे कोल ना लोक के मेरे कोल इते बंदियां दा आवन जावन लग्या रहंदा तेनू की वेख लई सी खबरदार जिन्नी देर तक मैं इत्थे मौजूद हां किसे बंदे नु तू अंदर नहीं वड़न देना बारो बार हर किसे नु आउट कीती जा इन चंगा भला पता है कि मेरा रोजी दा मसला है ये तू नहीं रहना ना तो मैं हाजी शेर दी जमात नाल जाऊंगा तो मेरा सूट पा ला तो मेरे नाल चल उठ जा के मलंगा दे विच मैं नचा हाँ। मैं मोड़ तेरे को पुछदा पिया मैं उत्थे गुंगरू बन के मलंगा दे वेच बन के मलंग नचना है आखी ते जानी है के आ नचना है मैं मैनू गुंगरू बना के नचाऊ है और मैं लीडर किस्म दा इंसान हां और मैनू सलूट बजने चाहिदे ने तू गुंगरू बना के ते मैनू नचाऊ है हां हां तैनू मेरी शान दा पता नहीं है रमजी मैं ते तैनू ता आख्या के भई तू मेरे नाल ते नचसे तैनू इते कोई वेख सी ना चुप कर मैं इतने अंदर बैठा ते आज आवन जावन वाले सारे अंदर दरवाजा बंद कर ला उन्हें वास्ते ते मेरे वास्ते खावन पीवन का बंदोबस्त कर चल आज जेड़े तू मेरे मार मार के कल्ले लाल कीते ना हुण मैं तेरा चंगा हिसाब लासा की हाल है खाला साबरा चंगे हाल है नो जीमा की दे की आखू जी मेरे ਜਿਵੇਂ ਮੈਂ ਆਖੂਗਾ ਕਿ ਜਿਹੜਾ ਉਹਨੇ ਰਮਜ਼ੀ ਨੂੰ ਮੋਬਾਈਲ ਲੈ ਕੇ ਦਿੱਤਾ ਨਾ ਰਮਜ਼ੀ ਆ ਗਿਆ ਤੇ ਪੈਸੇ ਉਹਨੇ ਕੋਲ ਵਸੂਲ ਕਰ ਲਵੇ ਰਮਜ਼ੀ ਆ ਗਿਆ ਹਾਂ ਉਹਨੇ ਰਵੇ ਜਿੰਮਾ ਤੇ ਜਿੰਮਾ ਮਾਰ ਲਈ ਤੇ ਤੈਨੂੰ ਮੌਤ ਪਵੇ ਕੀ ਗੱਲ ਆ ਪਿਆਂਦੇ ਮਸਕਾਰ ਰਮਜ਼ੀ ਆ ਗਿਆ ਕਿੱਥੇ ਹੈ ਗਰਮ ਰਮਜ਼ੀ ਮੇਰੇ ਕੋਲ ਆਇਆ ਤੇ ਮੈਨੂੰ ਆਦੇ ਅੰਦਰ ਢੱਕ ਕੇ ਤੇ ਕੁੰਡੀ ਲਾ ਕੇ ਬਾਹਰੋਂ ਆਈਆਂ ਇਹ ਤਾਂ ਤੂੰ ਚੰਗਾ ਕੀਤਾ ਜੇ ਤੂੰ ਅੰਦਰ ਤਾੜਿਆਗਾ ਬਾਕੀ ਮੈਂ ਵੀ ਚੱਲਾਂ ਤੇਰੇ ਨਾਲ ਚੱਲ ਗਿਆ ਕਿਵੇਂ ਨਹੀਂ ਦਿੰਦਾ ਪੈਸੇ ਆ ਰਮਜ਼ੀਆ ਤੇਰੇ ਖਾਣ ਪੀਣ ਦੇ ਇੰਤਜ਼ਾਮ ਮੈਂ ਕਰ ਆਂਦਾ ਏ ਅੱਛਾ ਕਿੱਥੇ ਆ ਲਿੱਤਰ ਖਾ ਹਾਂ ਮਾਈ ਕਿਵੇਂ ਆਈ ਏ ਹੁਣ ਕਿਵੇਂ ਆਈ ਆ 2 ਲੱਖ ਰੁਪਈਆ ਜਿਹੜਾ ਮੇਰੇ ਪੁੱਤ ਨੂੰ ਮੋਬਾਈਲ 'ਚ ਫੜਿਆ ਈ ਉਹ ਦੇ ਜਿਹੜਾ 3000 ਰੁਪਈਆ ਉਹ ਇਹ 2,80,000 ਰੁਪਈਆ ਆਪਦੇ ਹਜਾਨ ਇੱਥੇ ਸੱਟ ਮੈਂ ਲੈ ਕੇ ਜਾਸਾਂ ਇਹ ਵਿੱਚ ਲੱਖ ਰੁਪਈਆ ਤੂੰ ਆਦੇ ਕਫਨ ਦਫਨ ਦਾ ਪਾ ਲਿਆ ਓਏ ਤਮੀਜ਼ ਕਰ ਮੇਰੀ ਮਾਂ ਨਾਲ ਇੱਜ਼ਤ ਨਾਲ ਬੋਲ तेरी मां नाल इज्जत नाल बोल तेरी मां सिपारे पढ़ांदी है विच लाख रुपया आदा कोलू पाई खड़ोती है हाल इज्जत नाल बोला इनू मैं सिपारे पढ़ावा या ना पढ़ावा मेरे जेड़े पैसे ने ना ओ इत्थे रख मैं लाए के दस्सा इत्थे तो फिलहाल है खुश रह इनू ले जा इनू नचाई रख ते पैसे कमाई रख इन मैं क्यों लाए के जावा मैं तैनू लाए के दस्सा तैनू ला जासा किसे भट्ठे ते जा देसा ओथे कड्डी इट्टा ते मैं उतले सादे रुपये ओ माई एमे मगज मारी करण दा तैनू फायदा कोई नहीं कल 3:11 ते आ जावी तो जिन्ने पैसे तेरे हैंड ले जावी मेनू 11 मारे दा पता नहीं अग्गू लग मेरे चल चल चोर ओ भाई मेनू गल में तो तू फड़ी जानी है तो नेउंदरा ते ना मार बांदरी तेरा नेउंदरा चल चल लगा कितने दे तू लुक्स रे बेईमान ना होंदा ता वाले मुंह वाले आ हुण तो साबरा दे रड़े चढ़ गए हुण नहीं सौखा छोड़ सकना है चल नहीं मिलो कुकी ते जाके भूतने नु दस
ਬਾਕੀ ਸਾਹਿਬ ਮੇਰੀ ਸਵਾਣੀ ਕੂੜ ਨਹੀਂ ਮਾਰ ਸਕਦੀ ਜਿੰਨਾ ਤੱਕ ਮੇਰਾ ਸ਼ੱਕ ਹੈ ਨਾ ਸੁਗਰੀ ਆਪਾਂ ਨੂੰ ਗੇੜਾ ਦਿੱਤਾ ਬੱਕਰੇ ਦੀ ਮਾਂ ਕਦੇ ਤਾਂ ਖੈਰ ਮਨਾ ਸੀ ਜੇ ਤੇ ਅਰੜੇ ਚੜ ਗਿਆ ਇੱਕ ਡਾਚੀ ਬਜਾ ਦੋ ਡਾਚੀ ਲਈ ਸਾ ਚਾਚਾ ਕੁੱਕੀ ਅਰੜੇ ਤੇ ਚੜਿਆ ਪਿਆ ਹੈ ਜਿਹੜੀ ਹੈ ਨਾ ਮਾਈ ਸਾਬਰਾ ਉਹਨੂੰ ਅੱਜ ਤੂੰ ਫੜ ਕੇ ਤੇ ਅੱਜ ਘਰੇ ਛੇਕ ਤੇ ਲਈ ਆਉਂਦੀ ਨੇ ਰਮਜ਼ੀ ਨੂੰ ਹਾਂ ਚੱਲੋ ਬੜਾ ਆਪਾਂ ਹੀ ਚੱਲੀਏ ਆ ਵਾ ਚਲੋ ਚਲੋ ਬਾ माई तेरा जनाजा निकले और जो तो मैं तेनु टाइम जो देंदा पे तू टाइम ले ला मेरे को टाइम नहीं सानू पैसे चाहिए हुणे मैनू जनाजा दसदा पिया तेरा जनाजा निकल सी अब ते भट्ठे ते जो तो अच्छू पकड़ चलिया ना ते गया गिटिया ताई ओदो तेन सुर लग सी माई साबरा जो तो मैं एक मोसस बंदा लेके आई खलोती है गया तो ओंदे ते आंखे ला दे जा मैं तेरे आंखे किवें लगा तू मोसस बंदा ले आई खलोती है इस मोसस बंदे नु आंख मेरा 280,000 रुपया देवे चा तेनू ले जावे भाई एदा प्यो दादा छंदर हंड गया ते मेरे पिंड दे पुराने रजिस्ट्रेशन ते रियाए नु केंदा प्यो लोकां दा 2 करोड़ खा गया है मेरे साइन छड़ ते मैं तेनू पैसे दे देसा तेरे पैसे किसे पास नहीं जांदे पिशावर छड़न लगा मेनू भट्ठे छड़न लगा पहले आप फैसला तो कर लो कि मेनू छड़ना ने फैसला होया पिया तू मेरे पैसे दे बाकी जाट जाने विजो जा रेत पा के आई खड़ोती है रेत नहीं रंग आली स्प्रे गोले गैरत बंदा मैं भावे सेरे सटावा रेत भावे सटावा गोया तू नाल हजार साढ़े रुपये सट जिवें तुसी मैनू फद्दी खड़ोते ने ना पैसे तो तुसी मेरे को लै नहीं सकते ने क्योंकि मेरे को है कोई नहीं और मेरिया बोटियां बोटियां कर लो ते आपस च वंडियां गत लो और मेरे गुर्दे कर लो मेरा दिल कर लो मेरे फेफड़े कर लो जाओ वेच दे चलो इवें कर लैना कुकी साहब कार कार डॉक्टर नु आख बंदे कसा घेर लियो तो गुर्दे लै जाओ नहीं नहीं ये पैसे देसी अब बंदा तेरा पैसे कड्डे तो मुड़ कारा लो रे मेरे को टाइम लो मासी साबरा होने दा की करना है की करना है फलक शेर केड़ा ना बठे वाला ओ लगा हुंदा है ओंदे हाथ ही देनी है तो रुपये आधे लेनी है तो बस मोर सानू भी ओदे कोल लेके देवी आपे खुच्चा डिंगियां होंदियां वसे जिस रेड़े धक्के नी मेरी भाई ठेकेदार लगा हुंदा ने तो ओंदे नाल गल आप कर लवे मैं तो आधे पैसे दी गल कीती है ते असि भी कर लिसा क्यों भूतना हां क्यों नहीं फलकू नाल मैं गल कर लईसा मैनू बठे ते देउ ने हाथ देवणा नहीं ਆਪਾਂ ਚੱਲ।
ਜਾਂਦੀ ਹੈ ਸਾਰਾ ਖਾਡਾ ਤੇ ਲੱਸਣ ਹੋ ਗਿਆ ਬਿੱਲੋ ਤੇ ਨਹੀਂ ਜਾਂਦੀ ਹੈ ਭਾਵੇਂ ਜਿਤਨਾ ਮਰਜ਼ੀ ਖਾਡਾ ਲੱਸਣ ਹੋ ਜਾਵੇ ਇਹਦੀ ਲਾਸ਼ ਤਰਕਦੀ ਤੇ ਪਈ ਤਰਕਿਆ ਮੈਂ ਤੇ ਪੈਸੇ ਵਸੂਲ ਕਰਕੇ ਜਾਸਾਂ ਲੈ ਬੇ ਮਈਆ ਤੂੰ ਪੈਸੇ ਤੇ ਪੈਸਾ ਲੈ ਕੇ ਜਾਸਾਂ ਬਿੱਲੋ ਐਵੇਂ ਜਾਵਣ ਵਾਲੀ ਨਹੀਂ ਹੈ ਸੁਗਰਾ ਭੈਣ ਸਾਡੇ ਪੈਸੇ ਸਾਨੂੰ ਦੇ ਚਾ ਤੇ ਸਾਈਂ ਦੀ ਲਾਸ਼ ਭਾਵੇਂ ਕਿਸੇ ਟੋਚ ਸੱਟ ਤੇ ਭਾਵੇਂ ਘਰੇ ਰੱਖ ਕੇ ਤਰਕਾ ਕੀ ਇਹ ਤੇ ਜ਼ੁਲਮੀ ਹੈ ਗਏ ਨੇ ਤੁਸੀਂ ਲੋਕੀ ਤਾਂ ਮੋਇਆ ਆਇਆ ਦੇ ਪੈਸੇ ਬਸ਼ਕ ਦੇਂਦੇ ਹੈਗੇ ਤੇ ਤੁਸੀਂ ਮੈਨੂੰ ਲਾਸ਼ ਨਹੀਂ ਜਾਵਣ ਦੇਂਦੇ ਪਏ ਨੇ ਵੇ ਚਾਚਾ ਕੁੱਕੀ ਤੇਰਾ ਤੇ ਭਤੀਜਾ ਬਣਿਆ ਹੋਇਆ ਹੈਗਾ ਆ ਥਰਟ ਨਾਲ ਮੂੰਹ ਦਿੱਤੇ ਪੈਸੇ ਤੇ ਲਾਸ਼ ਚਾ ਕੇ ਘਰੇ ਜਾਈਏ ਤੇ ਖਫਨ ਦਫਨ ਇੰਤਜ਼ਾਮ ਕਰੀਏ ਆ ਪੁੱਤਰ ਇੱਕੋ ਹੀ ਡਾਚੀ ਆਈ ਜਿਹੜੀ ਇਹ ਵੇਚ ਕੇ ਖਾ ਗਿਆ ਮੈਂ ਤਾਂ ਹੁਣ ਕੰਗਲਾ ਵੇ ਰਮਜੀਆ ਆ ਤਾਂ ਤੂੰ ਗੂੜੀ ਨੀਂਦਰ ਸੌ ਗਿਆ ਤੇ ਮੈਨੂੰ ਲੋਕਾਂ ਦੇ ਕਰਜ਼ੇ ਜੋਗਾ ਜਾ ਛੱਡਿਆ ਆਈ ਨਾ ਪੁੱਠੇ ਪੰਗੇ ਲਵੇ ਆ ਅਰੇ ਮੁਲਕੇ ਮੈਂ ਚੜ ਗਈ ਓਏ ਇਹਨੂੰ ਕੀ ਹੋਇਆ ਹੈ ਚੌਧਰੀ ਸਾਹਿਬ ਇਹਨੂੰ ਕੀ ਆਉਣਾ ਹੈ ਅਸੀਂ ਇਹਦੇ ਕੋਲ ਆਉਣੇ ਹਨ ਪੈਸੇ ਇਹਨੂੰ ਟੈਂਕ ਵਾਤ ਮਾਰ ਗਿਆ ਓਏ ਹੋਏ ਹੋਏ ਓਏ ਤੁਸੀਂ ਪੈਸੇ ਦੀ ਖਾਤਰ ਇੱਕ ਇਨਸਾਨ ਦੀ ਜਾਨ ਲੈ ਲਈ ਉਹ ਕਿਤਨੇ ਤੁਸੀਂ ਜ਼ਾਲਮ ਲੋਗ ਹੀ ਨੇ ਤੇ ਬੇਲੀ ਕਿਹੜਾ ਜੁਮੇ ਪੜਾਈਂਦਾ ਏ ਅਸੀਂ ਹਰ ਬੰਦੇ ਨੂੰ ਲੁੱਟੇ ਹੋਏ ਆਈ ਮੋਏ ਬੰਦੇ ਦੇ ਮੂੰਹ ਤੇ ਨੂਰ ਹੁੰਦਾ ਇਸ ਨੂੰ ਖੱਟੇ ਦਾ ਤਾਂ ਮੂੰਹ ਹੀ ਫਿਟਿਆ ਪਿਆ ਹੈ ਦਫਾ ਕਰੋ ਉਸ ਵੇ ਚਾਚਾ ਇਹਨਾਂ ਸਾਰਿਆਂ ਮੇਰੇ ਬੰਦੇ ਨੂੰ ਮਾਰ ਦਿੱਤਾ ਹੈ ਕਿ ਤੋਂ ਹੁਣ ਮੈਨੂੰ ਲਾਸ਼ ਵੀ ਨਹੀਂ ਚੱਕਣ ਦਿੰਦੇ ਪੈ ਗਏ ਜ਼ੁਲਮ ਦੀ ਅਖੀਰ ਕੀਤੀ ਖਲੋਤੇ ਹੈਗੇ ਨੇ ਓ ਤੁਸੀਂ ਕੈਸੇ ਜ਼ਾਲਮ ਲੋਕ ਬਣੇ ਖਲੇ ਨੇ ਓ ਪੈਸਾ ਕੋਈ ਨਾਲ ਜਾਂਦਾ ਹੁੰਦਾ ਓ ਤੁਸੀਂ ਵੀ ਇੱਕ ਦਿਨ ਮਰਨਾ ਤੁਹਾਡੇ ਸਾਰਿਆਂ ਦੇ ਅੱਗੇ ਮੈਂ ਹੱਥ ਜੋੜਦਾ ਪਿਆ ਵੀ ਇਹਨੂੰ ਮਾਫ ਕਰ ਦਿਓ ਨਹੀਂ ਬਿੱਲੋ ਚੌਧਰੀ ਸਹੀ ਆਂਦਾ ਪਿਆ ਆਪਾਂ ਪਰ ਇਹਨੂੰ ਮਾਫ ਕਰ ਛੱਡੀਏ ਇੱਕ ਦੇ ਆਪਾਂ ਵੀ ਮਰਨਾ ਚਲੋ ਜਿਵੇਂ ਤੂੰ ਆਣਾ ਵੇ ਰਮਜੀਆ ਮੈਂ ਤੈਨੂੰ ਪੈਸੇ ਇਸ ਜਹਾਨ ਵੀ ਮਾਫ ਕੀਤੇ ਨਹੀਂ ਤੇ ਅਗਲੇ ਜਹਾਨ ਵੀ ਜੇ ਤੁਸੀਂ ਇਹਨੂੰ ਮਾਫ ਕੀਤੀ ਖੋਤੇ ਨੇ ਤੇ ਮੈਂ ਵੀ ਅੱਲਾ ਦੀ ਰਜ਼ਾ ਨਾਲ ਇਹਨੂੰ ਮਾਫ ਕਰ ਛੱਡਣੀ ਆ ਨਹੀਂ ਮੇਰੀ ਦੀ ਚੁੱਪ ਕਰ ਨਾ ਰੋ ਤੇ ਨਾ ਪਰੇਸ਼ਾਨ ਹੋ ਮੈਂ ਅੱਲਾ ਵਾਸਤੇ ਤੈਨੂੰ ਪੈਸੇ ਬਖਸ਼ੇ ਓ ਚਾਚਾ ਕੁੱਕੀ ਤੇਰਾ ਕੀ ਖਿਆਲ ਓ ਮੇਰਾ ਕੀ ਖਿਆਲ ਆਉਣਾ ਓ ਡਾਚੀ ਤੇ ਅੱਗੇ ਮਰਨ ਵਾਲੀ ਆਈ ਮਰ ਤੋ ਜਾਣਾ ਹੀ ਆ ਓ ਮੇਰਾ ਰਮਲੀ ਓ ਤੈਨੂੰ ਡਾਚੀ ਮਾਫ ਕੀਤੀ ਆਹ ਜਾਣੀ ਅਗਲੇ ਜਾਣੀ ਬੜੀ ਮਿਹਰਬਾਨੀ ਚੌਧਰੀ ਫਲਕਸ਼ੇ ਤੂੰ ਆਇਆ ਇਹਨਾਂ ਦੇ ਦਿਲ ਵਿੱਚ ਖੌਫੇ ਖੁਦਾ ਪੈਦਾ ਕੀਤਾ ਤੇ ਇਹਨਾਂ ਨੇ ਮੈਨੂੰ ਮਾਫ ਕਰ ਦਿੱਤਾ ਹੈ ਓ ਖਰਗੋਸ਼ ਦੇ ਬੱਚਿਆ ਇਹ ਸਾਰਾ ਡਰਾਮਾ ਕੀਤਾ ਹੀ ਚੌਧਰੀ ਫਲਕਸ਼ੇ ਮੈਂ ਡਰਾਮਾ ਕਰਕੇ ਨਹੀਂ ਵਿਖਾਇਆ ਮੈਂ ਤੈਨੂੰ ਇਸ ਮਾਸਰੇ ਦਾ ਚਿਹਰਾ ਵਿਖਾਇਆ ਜੇ ਬੰਦਾ ਮਰ ਜਾਵੇ ਤੇ ਉਹਨੂੰ ਮਾਫ ਕਰ ਦਿੰਦੇ ਨੇ ਜਿੰਦੇ ਨੂੰ ਮੋਹਲਤ ਵੀ ਨਹੀਂ ਦਿੰਦੇ ਹੈ ਹਾਂ ऐसी मजीद फनी वीडियोस देखने के लिए हमारे चैनल रचनावी टीवी को सब्सक्राइब करें।